ਜਿੰਨੇ ਵੀ ਸਾਡੇ ਦੋਸਤ ਸਾਡੇ YouTube ਚੈਨਲ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲਬਾਤ ਕਰਾਂਗੇ ਸਰਬੀਆ ਬਾਰੇ ਕਿਉਂਕਿ ਸਾਡੇ ਕੁਝ ਦੋਸਤਾਂ ਦੇ ਸਾਨੂੰ ਸਵਾਲ ਆਏ ਸੀ ਕਿ ਬ੍ਰਦਰ ਅਸੀਂ ਸਰਬੀਆ ਕਿਸ ਤਰੀਕੇ ਨਾਲ ਜਾ ਸਕਦੇ ਆ ਤਾਂ ਉਸ ਤੋਂ ਪਹਿਲਾਂ ਦੋਸਤੋ ਜੇ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਕੀ ਸਾਡੀ ਜਾਣਕਾਰੀ ਤੁਹਾਨੂੰ ਵਧੀਆ ਲੱਗੂਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਦੋਸਤੋ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਕਿ ਤੁਸੀਂ ਸਰਬੀਆ ਕਿਸ ਤਰੀਕੇ ਨਾਲ ਜਾ ਸਕਦੇ ਹੋ ਦੇਖੋ ਹੁਣ ਜਿੱਦ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਸਰਬੀਆ ਨੇ ਜਿਹੜੀ ਐਂਟਰੀ ਆ ਉਹ ਤਾਂ ਹੁਣ ਪੱਕੇ ਤੌਰ ਤੇ ਬੰਦ ਕਰਤੀ ਆ ਕਿਉਂਕਿ ਪਹਿਲਾਂ ਆਪਾਂ ਸੀਗਾ ਵੀ ਵੀਜ਼ੇ ਤੋਂ ਬਗੈਰ ਜਾ ਸਕਦੇ ਸੀ ਪਰ ਹੁਣ ਸਰਬੀਆ ਨੇ ਇੰਡੀਅਨ ਵਾਸਤੇ ਵੀਜ਼ਾ ਜ਼ਰੂਰੀ ਕਰਤਾ ਜਿੱਦਾਂ ਆਪਾਂ ਬਾਕੀ ਯੂਰਪ ਕੰਟਰੀਆਂ ਦਾ ਵੀਜ਼ਾ ਲੈ ਕੇ ਜਾਂਦੇ ਆ ਇਦਾਂ ਹੀ ਹੁਣ ਤੁਹਾਨੂੰ ਸਰਬੀਆ ਦਾ ਵੀਜ਼ਾ ਲੈ ਕੇ ਜਾਣਾ ਪਵੇਗਾ ਇਹਦੇ ਵਿੱਚ ਦੋ ਦੋਸਤੋ ਦੋ ਤਰੀਕਿਆਂ ਨਾਲ ਤੁਸੀਂ ਜਾ ਸਕਦੇ ਹੋ ਜਾਂ ਤਾਂ ਤੁਸੀਂ ਟੂਰਿਸਟ ਵੀਜ਼ਾ ਲੈ ਕੇ ਜਾ ਸਕਦੇ ਹੋ ਸਰਬੀਆ ਜਾਂ ਫਿਰ ਤੁਸੀਂ ਵਰਕ ਪਰਮਿਟ ਤੇ ਜਾ ਸਕਦੇ ਹੋ ਪਰ ਜਿਹੜਾ ਵਰਕ ਪਰਮਿਟ ਆ ਉਹਦੇ ਵਿੱਚ ਇਦਾਂ ਆ ਵੀ ਤੁਹਾਨੂੰ 4 ਤੋਂ 5 ਮਹੀਨੇ ਲੱਗ ਜਾਂਦੇ ਆ ਵਰਕ ਪਰਮਿਟ ਆਉਣ 'ਚ ਤੇ ਇਹਦੇ ਵਿੱਚ ਜੇ ਤੁਸੀਂ ਵਰਕ ਪਰਮਿਟ ਤੇ ਜਾਣੇ ਹੋ ਤਾਂ ਤੁਸੀਂ ਉੱਥੇ ਜਾ ਕੇ ਕੰਮ ਵੀ ਕਰ ਸਕਦੇ ਹੋ ਤੇ ਉੱਥੇ ਜਾ ਕੇ ਚਾਰ ਪੈਸੇ ਵੀ ਕਮਾ ਸਕਦੇ ਹੋ ਪਰ ਜੇ ਤੁਸੀਂ ਉਸ ਤੋਂ ਬਾਅਦ ਤੁਸੀਂ ਗਾਹਾਂ ਟਰਾਈ ਕਰਨੀ ਹੈ ਤਾਂ ਤੁਸੀਂ ਉੱਥੇ ਜਾ ਕੇ ਉਹ ਗਾਹਾਂ ਟਰਾਈ ਵੀ ਕਰ ਸਕਦੇ ਹੋ ਪਰ ਜੇ ਤੁਸੀਂ ਛੇਤੀ ਜਾਣਾ ਚਾਹੁੰਦੇ ਹੋ ਵੀ ਸਾਨੂੰ ਥੋੜਾ ਜਿਹਾ ਜਲਦੀ ਆ ਵੀ ਅਸੀਂ ਜਲਦੀ ਜਾਣਾ ਆ ਤਾਂ ਫਿਰ ਦੋਸਤੋ ਤੁਸੀਂ ਟੂਰਿਸਟ ਵੀਜ਼ਾ ਵੀ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਜਿਹੜੇ ਡਾਕੂਮੈਂਟ ਆ ਬਾਕੀ ਯੂਰਪ ਕੰਟਰੀਆਂ ਨਾਲੋਂ ਬਹੁਤ ਘੱਟ ਲੱਗਦੇ ਆ ਇਹਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਤੁਸੀਂ ਕਿਹੜੇ ਡਾਕੂਮੈਂਟ ਲਾ ਸਕਦੇ ਆ ਤੇ ਕਿੰਨੇ ਕੁ ਤੁਹਾਡੇ ਪੈਸੇ ਲੱਗਣਗੇ ਦੇਖੋ ਇਹਦੇ ਵਿੱਚ ਚਾਹੇ ਤੁਸੀਂ ਜੌਬ ਕਰ ਚਾਹੇ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਤਾਂ ਤੁਸੀਂ ਇਹਦੇ ਵਿੱਚ ਇੱਕ ਜਾਂ ਦੋ ਸਾਲ ਦੀਆਂ ਆਪਣੀਆਂ ਆਈਟੀਆਰ ਲਾ ਸਕਦੇ ਹੋ ਜੇ ਤੁਹਾਡੇ ਕੋਲ ਇੱਕ ਸਾਲ ਦੀ ਹੈਗੀ ਤਾਂ ਤੁਸੀਂ ਇੱਕ ਸਾਲ ਦੀ ਵੀ ਲਾ ਸਕਦੇ ਹੋ ਜੇ ਦੋ ਸਾਲ ਦੀਆਂ ਹੈਗੀਆਂ ਤਾਂ ਦੋ ਸਾਲ ਦੀਆਂ ਵੀ ਤੁਸੀਂ ਆਈਟੀਆਰ ਲਾ ਸਕਦੇ ਹੋ ਤਾਂ ਇਹਦੇ ਵਿੱਚ ਜਿਹੜੀ ਬੈਂਕ ਸਟੇਟਮੈਂਟ ਘੱਟੋ-ਘੱਟ 6 ਮਹੀਨੇ ਦੀ ਇਹਦੇ ਵਿੱਚ ਲਾਉਣੀ ਆ 6 ਮਹੀਨੇ ਦੀ ਬੈਂਕ ਸਟੇਟਮੈਂਟ ਲਾਉਣੀ ਆ ਤੇ ਜਿਹੜਾ ਤੁਹਾਡਾ ਬੈਂਕ ਬੈਲੈਂਸ ਆ ਉਹ ਲੱਖ ਤੋਂ 1.5 ਲੱਖ ਤੁਹਾਡੇ ਕੋਲ ਹੋਣਾ ਚਾਹੀਦਾ ਆ ਜੇ ਤੁਹਾਡੇ ਅਕਾਊਂਟ 'ਚ ਲੱਖ ਤੋਂ 1.5 ਲੱਖ ਰੁਪਈਆ ਇੰਡੀਆ ਦਾ ਹੈਗਾ ਤਾਂ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹੋ ਤਾਂ ਜੇ ਤੁਸੀਂ ਜੋਬ ਕਰਦੇ ਹੋ ਤੇ ਜੋਬ ਦੀਆਂ ਤੁਸੀਂ 2 ਮਹੀਨੇ ਦੀਆਂ ਸੈਲਰੀ ਸਲਿੱਪਾਂ ਵੀ ਲਾ ਸਕਦੇ ਹੋ ਤੇ ਜੇ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਤਾਂ ਉਹਦੀ ਜਿਹੜੀ ਰਜਿਸਟ੍ਰੇਸ਼ਨ ਨੇ ਆ ਉਹ ਲਾ ਸਕਦੇ ਹੋ ਉਹਦੇ ਤੁਸੀਂ ਬਿੱਲ ਲਾ ਸਕਦੇ ਹੋ ਤਾਂ ਤੁਸੀਂ ਆਪਣੀ ਜੋ ਵੀ ਬਿਜ਼ਨਸ ਕਰਦੇ ਆ ਬਿਜ਼ਨਸ ਦੀਆਂ ਫੋਟੋਆਂ ਲਾ ਸਕਦੇ ਹੋ ਇਸ ਤੋਂ ਇਲਾਵਾ ਦੋਸਤੋ ਜੇ ਤੁਹਾਡੇ ਨਾਮ ਤੇ ਕੋਈ ਜ਼ਮੀਨ ਜਾਇਦਾਦ ਹੈਗੀ ਆ ਤਾਂ ਤੁਸੀਂ ਉਹਦੇ ਵੀ ਪੇਪਰ ਲਾ ਸਕਦੇ ਹੋ ਜੇ ਹੈਗੀ ਆ ਤਾਂ ਤੁਸੀਂ ਲਾ ਸਕਦੇ ਹੋ ਜੇ ਨਹੀਂ ਹੈਗੀ ਤਾਂ ਔੜਨੀ ਇਹਦੇ ਵਿੱਚ ਤੁਸੀਂ ਆਪਣੇ ਜੌਬ ਦੇ ITR ਤੇ ਆਪਣਾ ਬੈਂਕ ਬੈਲੈਂਸ 3 4 ਕੇ ਦੇ ਪੇਪਰ ਲੱਗਦੇ ਆ ਤਾਂ ਜਿਹੜਾ ਇਹਦੇ ਵਿੱਚ ਤੁਹਾਡਾ 1 ਮਹੀਨੇ ਦੇ ਵਿੱਚ ਵਿੱਚ ਅੰਬੈਸੀ ਤੁਹਾਨੂੰ ਡਿਸੀਜਨ ਦੇ ਦਿੰਦੀ ਆ ਉਸ ਤੋਂ ਇਲਾਵਾ ਦੋਸਤੋ ਜਿਹੜੀ ਫੀਸ ਆ ਆਪਾਂ ਤੁਹਾਡਾ ਖਰਚੇ ਦੀ ਗੱਲ ਕਰ ਲਈਏ ਜੇ ਤੁਸੀਂ ਖੁਦ ਆਪ ਅਪਲਾਈ ਕਰਦੇ ਹੋ ਤਾਂ ਇਹਦੇ ਵਿੱਚ ਜਿਹੜਾ ਤੁਹਾਡਾ ਖਰਚਾ ਆ ਉਹ 5 ਤੋਂ 10 ਕ ਹਜ਼ਾਰ ਦੇ ਵਿੱਚ ਵਿੱਚ ਤੁਹਾਡਾ ਖਰਚਾ ਆ ਜਾਂਦਾ ਆ ਵਿੱਚੇ ਅੰਬੈਸੀ ਫੀਸ ਵਿੱਚੇ ਤੁਹਾਡੇ ਛੋਟੇ ਮੋਟੇ ਹੋਰ ਖਰਚੇ ਪਾ ਕੇ ਤਾਂ ਦੋਸਤੋ ਜੇ ਤੁਸੀਂ ਟੂਰਿਸਟ ਵੀਜ਼ੇ ਤੇ ਜਾ ਰਹੇ ਹੋ ਤਾਂ ਇਹਦੇ ਵਿੱਚ ਹੋਟਲ ਬੁਕਿੰਗ ਤੁਸੀਂ ਜ਼ਰੂਰ ਕਰਾਓ ਹੋਟਲ ਬੁਕਿੰਗ ਤੁਸੀਂ booking.com ਤੇ ਜਾ ਕੇ ਤੁਸੀਂ ਉੱਥੇ ਆਪ ਬੁੱਕ ਕਰ ਸਕਦੇ ਆ ਜਿਹੜਾ ਵੀ ਹੋਟਲ ਤੁਹਾਨੂੰ ਸਸਤਾ ਲੱਗਦਾ ਹੈ ਤਾਂ ਤੁਸੀਂ ਉਹ ਬੁੱਕ ਕਰ ਸਕਦੇ ਹੋ ਉਸ ਤੋਂ ਇਲਾਵਾ ਦੋਸਤੋ ਤੁਹਾਨੂੰ ਰਿਟਰਨ ਟਿਕਟ ਚਾਹੀਦੀ ਆ ਉਹ ਤੁਸੀਂ ਡੰਮੀ ਟਿਕਟ ਵੀ ਬਣਾ ਸਕਦੇ ਹੋ ਕਿਉਂਕਿ ਜਦੋਂ ਤੁਹਾਡਾ ਵੀਜ਼ਾ ਲੱਗ ਗਿਆ ਉਸ ਤੋਂ ਬਾਅਦ ਤੁਸੀਂ ਆਪਣੀ ਕਨਫਰਮ ਟਿਕਟ ਕਰ ਸਕਦੇ ਹਾਂ ਪਰ ਜੇ ਤੁਸੀਂ ਅਪਲਾਈ ਲਈ ਕਰਨਾ ਤਾਂ ਦੋਸਤੋ ਉਹਦੇ ਵਿੱਚ ਡੰਮੀ ਟਿਕਟ ਚੱਲ ਜਾਏਗੀ ਤਾਂ ਦੋਸਤੋ ਇਸ ਤਰੀਕੇ ਨਾਲ ਤੁਸੀਂ ਸਰਬੀਆ ਜਾ ਸਕਦੇ ਹੋ ਟੂਰਿਸਟ ਵੀਜ਼ੇ ਤੇ ਹੁਣ ਜਿਹੜੀ ਐਂਟਰੀ ਸੀ ਉਹ ਐਂਟਰੀ ਸਰਬੀਆ ਨੇ ਬਿਲਕੁਲ ਬੰਦ ਕਰਤੀ ਆ ਜੇ ਤੁਸੀਂ ਵਰਕ ਪਰਮਿਟ ਤੇ ਜਾਣਾ ਹੈ ਉਹ ਤਾਂ ਵਰਕ ਪਰਮਿਟ ਦੇ ਵਿੱਚ ਦੋਸਤੋ ਤੁਹਾਡਾ 4 ਤੋਂ 5 ਮਹੀਨੇ ਹੁਣ ਲੱਗ ਰਹੇ ਆ ਤਾਂ ਤੁਸੀਂ ਆਪ ਵੀ ਅਪਲਾਈ ਕਰ ਸਕਦੇ ਹੋ ਮੇਰੇ ਇੱਕ ਵੀਡੀਓ ਦੇ ਵਿੱਚ ਸਰਬੀਆ ਦੀ ਇੱਕ ਵੈਬਸਾਈਟ ਦੱਸੀ ਸੀ ਕਿ ਤੁਸੀਂ ਉਸ ਤੇ ਜਾ ਕੇ ਕਿਸ ਤਰੀਕੇ ਨਾਲ ਅਪਲਾਈ ਕਰ ਸਕਦੇ ਹੋ ਦੋਸਤੋ ਅੱਜ ਦੀ ਆਪਾਂ ਵੀਡੀਓ ਤੇ ਇੰਨੀ ਜਾਣਕਾਰੀ ਦੇਣੀ ਸੀ ਕੋਈ ਅਗਲੀ ਜਾਣਕਾਰੀ ਲੈ ਕੇ ਜਲਦੀ ਆਵਾਂਗੇ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ